ਅੱਛੀ ਗੱਲ ਤੁਸੀਂ ਦੇਖ ਰਹੇ ਸਾਡੇ ਵਾਲਾ ਟੀਵੀ ਮਿਹਰ ਜਸੀਖਰ ਕਿਰਾਏ ਤੇ ਘਰ ਲੱਭਣ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਅੱਜ ਕੱਲ ਸਕੈਮਰਜ਼ ਕਿਰਾਏ ਤੇ ਘਰ ਲੱਭਣ ਵਾਲਿਆਂ ਨੂੰ ਦੇ ਨਾਲ ਧੋਖਾਧੜੀ ਕਰ ਰਹੇ ਨੇ ਤੇ ਉਹਨਾਂ ਨੂੰ ਸਕੈਮ ਕਰ ਰਹੇ ਨੇ ਪੁਲਿਸ ਦੇ ਮੁਤਾਬਕ ਆਕਲੈਂਡ ਸਿਟੀ ਦੀਆਂ ਦੇ ਵਿੱਚੋਂ ਇਹ ਕ੍ਰਾਈਮ ਦੀਆਂ ਘਟਨਾਵਾਂ ਸਭ ਤੋਂ ਵੱਧ ਨਿਕਲ ਖਿਆਰੀਆਂ ਜਿੱਥੇ ਕਿ ਲੋਕਾਂ ਦੇ ਵੱਲੋਂ ਆਨਲਾਈਨ ਸਕੈਮ ਕਰਕੇ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ ਪੁਲਿਸ ਮੁਤਾਬਕ ਬਹੁਤ ਸਾਰੇ ਚਾਈਨੀਜ਼ ਲੋਕਾਂ ਨੂੰ ਇਸ ਸਕੈਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਕ ਆਨਲਾਈਨ ਪਲੈਟਫਾਰਮ ਵੀ ਚੈਟ ਦੇ ਰਾਹੀਂ ਲੋਕਾਂ ਨੂੰ ਸੁਨੇਹਾ ਭੇਜਿਆ ਜਾਂਦਾ ਤੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਫੇਕ ਫੋਟੋਆਂ ਕਰਾਣੀਆਂ ਭੇਜੀ ਜਾਂਦੀਆਂ ਨੇ ਇਸ ਤੋਂ ਬਾਅਦ ਆ ਫੇਕ ਟੈਨਸੀ ਐਗਰੀਮੈਂਟ ਆਈ ਡੀਜ਼ ਦੇ ਨਾਲ ਇਹਨਾਂ ਲੋਕਾਂ ਨੂੰ ਭੇਜ ਜਾਂਦੇ ਨੇ ਤਾਂ ਕਿ ਉਹ ਸਾਈਨ ਕਰਕੇ ਵਾਪਸ ਭੇਜ ਸਕਣ ਜਿਸ ਤੋਂ ਬਾਅਦ ਕਾਰ ਨੂੰ ਸਿਕਿਉਰ ਕਰਨ ਦੇ ਲਈ ਇੱਕ ਡਿਪੋਜ਼ਿਟ ਅਮਾਉਂਟ ਵੀ ਮੰਗਿਆ ਜਾਂਦਾ ਤੇ ਬਹੁਤ ਸਾਰੇ ਲੋਕੀ ਇਸ ਸਕੈਮ ਦੇ ਵਿੱਚ ਫਸ ਜਾਂਦੇ ਨੇ ਤੇ ਬਿਨਾ ਚਾਨਬੀਨ ਕਿਤੇ ਇਹ ਪੈਸੇ ਟਰਾਂਸਫਰ ਕਰ ਦਿੰਦੇ ਨੇ ਪਰ ਇਸ ਦੇ ਮੁਤਾਬਿਕ ਅਜੇ ਹੀ ਬਹੁਤ سارے ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਪੈਸੇ ਟਰਾਂਸਫਰ ਕਰਕੇ ਇਸ ਸਕੈਮ ਦੇ ਵਿੱਚ ਫਸੇ ਹੋਣ ਦੇ ਬਾਰੇ ਦੱਸਿਆ ਹੈ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਅਜਿਹੇ ਸਕੈਮ ਦੇ ਮੈਸੇजेस ਤੁਹਾਨੂੰ ਆਉਂਦੇ ਨੇ ਤਾਂ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ